ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪਵਿੱਤਰ ਕਾਲੀ ਵੇਈ ਨੂੰ ਸਾਫ਼ ਕਰ, ਅੱਜ ਮਨਾਈ ਗਈ 19ਵੀਂ ਵਰੇਗੰਢ। ਪੰਜਾਬ ਦੇ ਅੰਦਰ ਲਾ ਡਾਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਪੁਲਿਸ ਕਿਸੇ ਦੇ ਮੁੰਡੇ ਨੂੰ ਚੱਕ ਕੇ ਲੈ ਜੇ, ਮਾਰ ਦੇਵੇ, ਮੁਸ਼ਕਿਲ ਦੀ ਲਾਸ਼ ਨਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸੰਤ ਸੀਚੇਵਾਲ ਜੀ ਨੇ ਜਿੱਦਾਂ ਵੇਈ ਨਦੀ ਨੂੰ ਸਾਫ਼ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਾਸਤੇ ਇੱਕ ਅਜਿਹਾ ਉਪਰਾਲਾ ਕੀਤਾ, ਸਾਡੇ ਸਮਾਜ ਨੂੰ ਇੱਕ ਅਜਿਹਾ ਦਿਸ਼ਾ ਨਿਰਦੇਸ਼ ਦਿੱਤਾ ਕਿ ਅਸੀਂ ਆਪਣਾ ਆਲਾ ਦੁਆਲਾ ਕਿੱਦਾਂ ਸਾਫ਼ ਰੱਖ ਸਕਦੇ ਹਾਂ, ਉਹ ਕਦੇ ਨਹੀਂ ਭੁਲਾਇਆ ਜਾ ਸਕਦਾ। ਤੇ ਸੰਤ ਸੀਚੇਵਾਲ ਨੂੰ ਵੇਖ ਕੇ ਹੁਣ ਹਰ ਕੋਈ ਇਹੀ ਚਾਹੁੰਦਾ ਹੈ ਕਿ ਉਹਨਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਜੋ ਵੀ ਨਦੀਆਂ ਹੈ ਨੇ ਉਹਨਾਂ ਨੂੰ ਮੁੜ ਸਾਫ਼ ਕੀਤਾ ਜਾਵੇ ਤੇ ਉਹ ਸੁਚਾਰੂ ਤਰੀਕੇ ਦੇ ਨਾਲ ਚੱਲ ਸਕਣ। ਸੁਲਤਾਨਪੁਰ ਲੋਧੀ ਵਿਖੇ ਅੱਜ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਹੋਰਾਂ ਵੱਲੋਂ ਪਵਿੱਤਰ ਕਾਲੀ ਵੇਈ ਦੀ 19ਵੀਂ ਵਰੇਗੰਢ ਮਨਾਈ ਗਈ। ਇਸ ਮੌਕੇ ਪਵਿੱਤਰ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਿੱਸਾ ਲਿੱਤਾ ਅਤੇ ਇਸ ਮੌਕੇ ਪੰਜਾਬ ਦੇ ਕਈ ਨਾਮਵਰ ਵਾਤਾਵਰਣ ਪ੍ਰੇਮੀ ਵੀ ਅਤੇ ਸੰਤ ਸਮਾਜ ਵੀ ਇਸ ਪ੍ਰੋਗਰਾਮ ਦਾ ਹਿੱਸਾ ਰਹੇ। ਸਾਰੇ ਹੀ ਸੰਤ ਸਮਾਜ ਨੇ ਸੰਤ ਸੀਚੇਵਾਲ ਦੇ ਵੱਲੋਂ ਕੀਤੇ ਗਏ ਕਾਰਜਾਂ ਦੀ ਵੱਧ ਚੜ੍ਹ ਕੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਸਾਫ਼ ਰੱਖਿਆ ਜਾਵੇ। ਇਸ ਮੌਕੇ ਤੇ ਸ਼ਾਹਕੋਟ ਦੇ MLA ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਵੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪੁੱਜੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਬੇਸ਼ੱਕ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ, ਪਰ ਅੱਜ ਕਿਤੇ ਨਾ ਕਿਤੇ ਅਸੀਂ ਇਹਨਾਂ ਸ਼ਬਦਾਂ ਵੱਲ ਧਿਆਨ ਦੇਣਾ ਭੁੱਲ ਗਏ ਹਾਂ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਹਰ ਇੱਕ ਇਨਸਾਨ ਦਾ ਆਪਣਾ ਫਰਜ਼ ਬਣਦਾ ਹੈ ਕਿ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਿਆ ਜਾਵੇ। ਇਸੇ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਪਵਿੱਤਰ ਕਾਲੀ ਵੇਈ ਦੀ 19ਵੀਂ ਵਰੇਗੰਢ ਮਨਾਈ ਜਾ ਰਹੀ ਹੈ, ਕਿਉਂਕਿ 19 ਸਾਲ ਪਹਿਲਾਂ ਇਸ ਪਵਿੱਤਰ ਕਾਲੀ ਵੇਈ ਦੇ ਵਿੱਚ ਜਿੰਨਾ ਕਿ ਗੰਦ ਪਿਆ ਹੋਇਆ ਸੀ ਉਹ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਨਦੀ ਨਹੀਂ ਇੱਕ ਨਾਲਾ ਬਣੀ ਹੋਈ ਸੀ। ਤੇ ਇਸ ਮੌਕੇ ਕਾਲੀ ਵੇਈ ਦੇ ਕੋਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ ਅਤੇ ਭੋਗ ਉਪਰੰਤ ਧਾਰਮਿਕ ਸਮਾਗਮ ਵੀ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਵੀ ਹਿੱਸਾ ਲਿੱਤਾ ਅਤੇ ਸੰਤ ਸੀਚੇਵਾਲ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਨੂੰ ਪੰਜਾਬ ਦੇ ਪਾਣੀਆਂ ਦਾ ਰਖਵਾਲਾ ਦੱਸਿਆ ਅਤੇ ਕਿਹਾ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਬਾਬਾ ਜੀ ਦੇ ਫੈਨ ਹਾਂ। ਅਤੇ ਸਿਮਰਜੀਤ ਸਿੰਘ ਬੈਂਸ ਨੇ ਪਟਿਆਲਾ ਦੇ ਰਾਜਪੁਰਾ ਤੋਂ ਗਾਇਬ ਹੋਏ ਦੋ ਬੱਚਿਆਂ ਦੇ ਬਾਰੇ ਕਿਹਾ ਕਿ ਸਰਕਾਰ ਨੂੰ ਆਪਣੀ ਕਾਨੂੰਨ ਵਿਵਸਥਾ ਵੱਲ ਇੱਕ ਵਾਰ ਨਜ਼ਰ ਮਾਰਨੀ ਚਾਹੀਦੀ ਹੈ, ਕਿਉਂਕਿ ਹਫ਼ਤਾ ਹੋ ਚੁੱਕਿਆ ਹੈ ਅਤੇ ਸਰਕਾਰ ਦੇ ਪੁਲਿਸ ਦੇ ਹੱਥ ਖਾਲੀ ਨੇ। ਦੋ ਮਾਸੂਮ ਬੱਚਿਆਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਾਕਾਮੀ ਹੈ। ਅਤੇ ਜਦੋਂ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਸਵਾਲ ਕੀਤਾ ਤਾਂ ਉਸ ਦੇ ਉੱਤੇ ਸਿਮਰਜੀਤ ਸਿੰਘ ਬੈਂਸ ਨੇ ਸਾਫ਼ ਤੌਰ ਤੇ ਇੱਕੋ ਹੀ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਇਲਾਕੇ ਦੇ ਵਿੱਚ ਹੁਣ ਐਕਟਿਵ ਹੋ ਰਿਹਾ ਹੈ, ਆਲਾ ਅਫਸਰਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕੋਈ ਇੱਜ਼ਤ ਨਹੀਂ ਸੀ, ਪਰ ਫਿਰ ਵੀ ਸਿੱਧੂ ਆਪਣੀ ਪਾਰਟੀ ਵਿੱਚ ਮੁੜ ਐਕਟਿਵ ਹੋ ਰਹੇ ਨੇ, ਜੋ ਸਮਝ ਤੋਂ ਪਰੇ ਹੈ। ਸਿੱਧੂ ਨੂੰ ਚਾਹੀਦਾ ਸੀ ਕਿ ਉਹ ਪਾਰਟੀ ਹੀ ਛੱਡ ਦਿੰਦੇ, ਪਰ ਜਿਸ ਨੂੰ ਕੁਰਸੀ ਦਾ ਲਾਲਚ ਹੋ ਸ਼ਾਇਦ ਉਹ ਇਨਸਾਨ ਅਜਿਹਾ ਕਰ ਸਕਦਾ ਹੈ। ਬੈਂਸ ਨੇ ਕਿਹਾ ਕਿ ਸਾਡੀ ਪਾਰਟੀ ਮਜ਼ਬੂਤ ਹੈ, ਸਾਡੇ ਨਾਲ ਡਾਕਟਰ ਗਾਂਧੀ, ਬਸਪਾ, ਕਾਮਰੇਡ ਅਤੇ ਸੁਖਪਾਲ ਸਿੰਘ ਖਹਿਰਾ ਸਾਰੇ ਹੀ ਇੱਕਜੁੱਟ ਹਨ ਅਤੇ ਅੱਗੇ ਸਾਡੀ ਪਾਰਟੀ ਹੋਰ ਮਜ਼ਬੂਤ ਬਣੇਗੀ। ਅੱਜ ਦਾ ਮਹਾਨ ਇਤਿਹਾਸਕ ਪਵਿੱਤਰ ਦਿਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹ ਮਹਾਨ ਇਤਿਹਾਸਕ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗਈ, ਜਿਹੜੀ ਕਿਸੇ ਸਮੇਂ ਬੜੀ ਪਲੀਤ ਸੀ। ਸੋ ਸੰਤ ਮਹਾਂਪੁਰਸ਼ ਸੀਚੇਵਾਲ ਸਾਹਿਬ, ਜਿਨ੍ਹਾਂ ਦਾ ਮੈਂ ਪੱਕਾ ਸ਼ਰਧਾਲੂ ਹਾਂ, ਪੰਜਾਬੀ ਜੇ ਕਹਿ ਦਿਆਂ ਜਿਵੇਂ ਆਪਾਂ ਕਹਿੰਦੇ ਮੈਂ ਫੈਨ ਹੈਗਾ,
ਸੋ ਅੱਜ ਮੈਨੂੰ ਬੜੀ ਅਤਿਅੰਤ ਪ੍ਰਸੰਨਤਾ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਉਹਨਾਂ ਸੰਤਾਂ ਤੋਂ ਉਸ ਮਹਾਂਪੁਰਸ਼ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ, ਕਿਉਂਕਿ ਪੰਜਾਬ ਪੰਜ ਦਰਿਆ ਦੇ ਪਿੰਡ ਖੇੜੀ ਗਾਡੀਆਂ 'ਚੋਂ ਦੋ ਭਾਈ ਲਾਪਤਾ ਹੋਣ ਮਾਮਲੇ ਨੂੰ 6 ਦਿਨ ਬੀਤ ਚੁੱਕੇ, ਇਹ ਵੀ ਪ੍ਰਸ਼ਾਸਨ ਦੇ ਹੱਥਾਂ ਦੇ ਵਿੱਚ ਹੈ। ਪੰਜਾਬ ਦੇ ਅੰਦਰ ਲਾ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਪੁਲੀਸ ਕਿਸੇ ਦੇ ਮੁੰਡੇ ਨੂੰ ਚੱਕ ਕੇ ਲੈ ਜੇ, ਮਾਰ ਦੇਵੇ, ਮੁੜ ਕੇ ਉਹਦੀ ਲਾਸ਼ ਨਾ ਮਿਲੇ, ਆਪਣੇ ਕੋਲ ਉਦਾਹਰਨ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਫਤਿਹਵੀਰ 6 ਦਿਨ ਬੋਰਵੈਲ ਦੇ ਵਿੱਚ ਫਸਿਆ ਰਹੇ। ਲਾਅ ਐਂਡ ਆਰਡਰ ਐਂਡ ਸਿਵਲ ਐਡਮਿਨਿਸਟ੍ਰੇਸ਼ਨ, ਪੁਲੀਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ, ਸਰਕਾਰ ਦੇ ਦੋ ਪੈਰ ਹੈਗੇ ਆ, ਦੋ ਟੰਗਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ। ਪੰਜਾਬ ਦੇ ਅੰਦਰ ਅੱਜ ਅਰਾਜਕਤਾ, ਦੋ ਲੱਤਾਂ ਦੇ ਉੱਤੇ ਸਰਕਾਰ ਹੁੰਦੀ ਹੈ, ਸਿਵਲ ਐਡਮਿਨਿਸਟ੍ਰੇਸ਼ਨ ਅਤੇ ਪੁਲੀਸ ਐਡਮਿਨਿਸਟ੍ਰੇਸ਼ਨ। ਅੱਜ ਦੋਨੋਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋ ਚੁੱਕੀ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਜ਼ਿਲ੍ਹਾ, ਉਹਨਾਂ ਨੂੰ ਇਹ ਆਪਣੀ ਜ਼ਿੰਮੇਵਾਰੀ ਨੈਤਿਕਤਾ ਦੇ ਆਧਾਰ 'ਤੇ, ਕਿਉਂਕਿ ਹੋਮ ਮਿਨਿਸਟਰੀ ਵੀ ਉਹਨਾਂ ਕੋਲ ਹੀ ਹੈ, ਉਹਨਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਜ਼ਿੰਮੇਵਾਰੀ ਕਬੂਲ ਕੇ ਤੁਰੰਤ ਕਮ ਸੇ ਕਮ 3 ਹਜ਼ਾਰ ਤਾਂ ਆਪਣੇ ਕਿਸੇ ਸਬਾਰਡੀਨੇਟ MLA ਮੰਤਰੀ ਨੂੰ ਦੇ ਦੇਣ, ਤਾਂ ਜੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਮੇਨਟੇਨ ਹੋ ਸਕੇ। ਅਤੇ ਨਵਜੋਤ ਸਿੱਧੂ ਜਿੱਦਾਂ ਹੁਣ ਦੁਬਾਰਾ ਉੱਥੇ ਅੰਮ੍ਰਿਤਸਰ 'ਤੇ ਆ ਕੇ ਐਕਟਿਵ ਹੋ ਗਏ ਆ, ਵਰਕਰਾਂ ਨਾਲ ਮੀਟਿੰਗ ਕਰ ਰਹੇ ਆ, ਜਾਂ ਕੀ ਹੁਣ ਵੀ ਹੈਗਾ ਉਹਨਾਂ ਵੇਲੇ ਮੂੰਹ ਨੂੰ ਬੱਕਣੀਆਂ ਹੁਣ ਉਹ ਮੰਤਰੀ ਪਦ ਤੋਂ ਰਿਜ਼ਾਈਨ ਕਰਤਾ, ਉਹ ਪਾਰਟੀ ਜਿਨ੍ਹਾਂ ਨੇ ਪਾਣੀ ਪੀ ਪੀ ਕੇ ਜਲੀਲ ਕੀਤਾ ਹੋਵੇ, ਬੰਦੇ ਪਾਣੀ ਪੀ ਪੀ ਕੇ ਬੇਇੱਜ਼ਤੀ ਕੀਤੀ ਹੋਵੇ, ਔਰ ਬੇਇੱਜ਼ਤੀ ਅਤੇ ਜਲਾਲ ਤੋਂ ਲੀਡਰ ਸਹਿੰਦਾ ਜਿਹਦੇ ਵਾਸਤੇ ਉਹਦਾ ਕੁਰਸੀ ਕੋਈ ਧੰਦਾ ਬਣਦੀ ਹੈ, ਸਿੱਧੂ ਵਾਸਤੇ ਦਾ ਧੰਦਾ ਹੈ ਨਹੀਂ, ਫਿਰ ਉਸੇ ਤਨਖਾਹ 'ਤੇ ਚਲੇ ਗਏ ਵਾਪਸ। ਪਤਾ ਨਹੀਂ ਵੀ ਉਹਨਾਂ ਦੀ ਸਮਝ, ਉਹਨਾਂ ਦੀ ਸੋਚ, ਉਹਨਾਂ ਨੂੰ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਕਿਹੜੀਆਂ ਸਲਾਹਾਂ ਦਿੱਤੀਆਂ ਉਹ ਵੀ ਦੱਸ ਸਕਦੇ। ਸਾਡਾ ਨਾ ਦੇਖੋ, ਪੰਜਾਬ ਡੈਮੋਕਰੇਟਿਕ ਅਲਾਇੰਸ ਜਿੱਤ ਨਹੀਂ ਸਕੇ, ਪਰ ਅਸੀਂ ਪ੍ਰਾਪਤੀ ਜ਼ਰੂਰ ਕੀਤੀ। ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ 2019 ਲੋਕ ਸਭਾ ਇਲੈਕਸ਼ਨ ਲੜੀ, ਪਾਰਲੀਮੈਂਟ ਇਲੈਕਸ਼ਨ ਲੜੀ, ਅਸੀਂ ਜਿੱਤ ਨਹੀਂ ਸਕੇ ਪਰ ਪ੍ਰਾਪਤੀ ਜ਼ਰੂਰ ਆ। ਮੇਰੇ ਵਰਗੇ ਬੰਦੇ ਨੂੰ 3,00,000-7,000 ਵੋਟਾਂ, ਮੋਦੀ ਦੀ ਸੁਨਾਮੀ ਦਾ ਕੇਂਦਰ ਬਿੰਦੂ ਲੁਧਿਆਣਾ ਅਤੇ ਸੁਨਾਮੀ ਵਾਲੀ ਪਾਰਟੀ ਦਾ ਕੈਂਡੀਡੇਟ 3 ਨੰਬਰ 'ਤੇ, ਸਾਡੀ ਪ੍ਰਾਪਤੀ ਆ। ਅਸੀਂ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਵਿੱਚ ਇਕੱਠੇ ਹੈਗੇ ਹਾਂ, ਚਾਹੇ ਉਹ ਗਾਂਧੀ ਸਾਹਿਬ ਦੀ ਪਾਰਟੀ ਆ, ਚਾਹੇ ਉਹ ਬਸਪਾ ਹੈਗੀ ਆ, ਕਾਮਰੇਡ ਸਾਥੀ ਆ, ਜਾਂ ਖਹਿਰਾ ਸਾਹਿਬ ਦੀ ਪਾਰਟੀ। ਥੈਂਕ ਯੂ। ਗੁਰਪਿਆਰਿਓ, ਪਾਰਟੀਆਂ ਦੇ ਵਿੱਚ ਉਤਾਵ ਚੜਾਵ ਆਉਂਦੇ ਰਹਿੰਦੇ ਨੇ, ਸਿਆਸਤ ਦੇ ਵਿੱਚ ਉਤਾਵ ਚੜਾਵ ਹੁੰਦੇ ਰਹਿੰਦੇ ਨੇ, ਪਰ ਅਗਰ ਅਸੀਂ ਵਾਤਾਵਰਣ ਦੀ ਗੱਲ ਕਰੀਏ, ਆਪਣੇ ਆਲੇ ਦੁਆਲੇ ਦੀ ਗੱਲ ਕਰੀਏ, ਤਾਂ ਉੱਥੇ ਆਏ ਹੋਏ ਉਤਾਵ ਚੜਾਵ ਕਈ ਵਾਰ ਸਾਨੂੰ ਰਾਸ ਨਹੀਂ ਆਉਂਦੇ, ਕਿਉਂਕਿ ਅਸੀਂ ਆਪਣਾ ਵਾਤਾਵਰਣ ਇੰਨਾ ਦੂਸ਼ਿਤ ਕਰ ਚੁੱਕੇ ਹਾਂ ਕਿ ਜਿੱਥੇ ਮੀਂਹ ਦੀ ਲੋੜ ਹੁੰਦੀ ਹੈ ਉੱਥੇ ਮੀਂਹ ਹੁੰਦਾ ਨਹੀਂ, ਜਿੱਥੇ ਲੋੜ ਨਹੀਂ ਹੁੰਦੀ ਉੱਥੇ ਇੰਨਾ ਕੀ ਕਹਿਰ ਭਰਮਾ ਜਾਂਦਾ ਹੈ ਕਿ ਹੜ੍ਹ ਆ ਜਾਂਦੇ ਨੇ। ਅਤੇ ਹੁਣ ਤਾਂ ਕਈ ਇਲਾਕੇ ਅਜਿਹੇ ਹੋ ਗਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਰੈੱਡ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ, ਜਿੱਥੇ ਪਾਣੀ ਦਾ ਪੱਧਰ ਇੰਨਾ ਕਿ ਜ਼ਮੀਨ ਦੇ ਹੇਠਾਂ ਚਲਾ ਗਿਆ ਹੈ, ਜਿੱਥੇ ਬੋਰਵੈਲ ਲਗਾਉਣੇ ਤੱਕ ਬੈਨ ਕਰ ਦਿੱਤੇ ਗਏ ਨੇ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵੱਲੋਂ ਕੁਝ ਉਪਰਾਲਾ ਜ਼ਰੂਰ ਕਰੀਏ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ। ਅਗਰ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਉਸ ਬਾਬੇ ਨਾਨਕ ਦੇ ਨਾਮ 'ਤੇ ਇੱਕ ਰੁੱਖ ਜ਼ਰੂਰ ਲਾਈਏ ਅਤੇ ਵੱਡੇ ਹੋਣ ਤੱਕ ਉਸ ਰੁੱਖ ਦਾ ਧਿਆਨ ਜ਼ਰੂਰ ਰੱਖੀਏ, ਅਤੇ ਬਹੁਤ ਚੰਗਾ ਹੋਵੇਗਾ ਅਗਰ ਇਹ ਰੁੱਖ ਪਿੱਪਲ ਜਾਂ ਬੋਹੜ ਦਾ ਹੋਵੇਗਾ। ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਵੱਲੋਂ ਆਪਣੇ ਵਾਤਾਵਰਣ ਨੂੰ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰੋਗੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਬਾਬੇ ਨਾਨਕ ਦੇ ਕਹੇ ਹੋਏ ਇਹ ਸ਼ਬਦ ਜ਼ਰੂਰ ਹਮੇਸ਼ਾ ਯਾਦ ਰੱਖੋਗੇ, ਜ਼ਿਹਨ 'ਚ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਨ ਇਤਿਹਾਸਕ ਪਵਿੱਤਰ ਦਿਨ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਉਹ ਮਹਾਨ ਇਤਿਹਾਸਕ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗਈ, ਜਿਹੜੀ ਕਿਸੇ ਸਮੇਂ ਬੜੀ ਪਲੀਤ ਸੀ। ਸੋ ਸੰਤ ਮਹਾਂਪੁਰਸ਼ ਸੀਚੇਵਾਲ ਸਾਹਿਬ, ਜਿਨ੍ਹਾਂ ਦਾ ਮੈਂ ਪੱਕਾ ਸ਼ਰਧਾਲੂ ਹਾਂ,
ਪੰਜਾਬੀ 'ਚ ਕਹਿੰਦੇ ਹਾਂ ਜਿਵੇਂ ਆਪਾਂ ਕਹਿੰਦੇ ਮੈਂ ਫੈਨ ਹੈਗਾ। ਸੋ ਅੱਜ ਮੈਨੂੰ ਬੜੀ ਅਤਿਅੰਤ ਪ੍ਰਸੰਨਤਾ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਉਹਨਾਂ ਸੰਤਾਂ ਤੋਂ ਉਸ ਮਹਾਂਪੁਰਸ਼ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ, ਕਿਉਂਕਿ ਪੰਜਾਬ ਪੰਜ ਦਰਿਆ ਉਹਨਾਂ ਦੇ ਪਿੰਡ ਖੇੜੀ ਗਾਡੀਆਂ 'ਚੋਂ ਦੋ ਭਾਈ ਲਾਪਤਾ ਹੋਣ ਮਾਮਲੇ ਨੂੰ 6 ਦਿਨ ਬੀਤ ਚੁੱਕੇ, ਇਹ ਵੀ ਪ੍ਰਸ਼ਾਸਨ ਦੇ ਹੱਥਾਂ ਦੇ ਵਿੱਚ ਹੈ। ਪੰਜਾਬ ਦੇ ਅੰਦਰ ਲਾਅ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਪੁਲਿਸ ਕਿਸੇ ਦੇ ਮੁੰਡੇ ਨੂੰ ਚੱਕ ਕੇ ਲੈ ਜੇ, ਮਾਰ ਦੇਵੇ, ਮੁੜ ਕੇ ਉਹਦੀ ਲਾਸ਼ ਨਾ ਮਿਲੇ, ਆਪਣੇ ਕੋਲ ਉਦਾਹਰਨ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਫਤਿਹਵੀਰ 6 ਦਿਨ ਬੋਰਵੈਲ ਦੇ ਵਿੱਚ ਫਸਿਆ ਰਵੇ। ਲਾਅ ਐਂਡ ਆਰਡਰ ਐਂਡ ਸਿਵਲ ਐਡਮਿਨਿਸਟ੍ਰੇਸ਼ਨ, ਪੁਲਿਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ ਸਰਕਾਰ ਦੇ ਦੋ ਪੈਰ ਹੈਗੇ ਆ, ਦੋ ਟੰਗਾਂ ਬੁਰੀ ਤਰ੍ਹਾਂ ਟੁੱਟ ਚੁੱਕੀ। ਪੰਜਾਬ ਦੇ ਅੰਦਰ ਅੱਜ ਅਰਾਜਕਤਾ, ਦੋ ਲੱਤਾਂ ਦੇ ਉੱਤੇ ਸਰਕਾਰ ਹੁੰਦੀ ਹੈ, ਸਿਵਲ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ। ਅੱਜ ਦੋਨੋਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋ ਚੁੱਕੀ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਜ਼ਿਲ੍ਹਾ, ਉਹਨਾਂ ਨੂੰ ਇਹ ਆਪਣੀ ਜ਼ਿੰਮੇਵਾਰੀ ਨੈਤਿਕਤਾ ਦੇ ਆਧਾਰ 'ਤੇ, ਕਿਉਂਕਿ ਹੋਮ ਮਿਨਿਸਟਰੀ ਵੀ ਉਹਨਾਂ ਕੋਲ ਹੀ ਹੈ, ਉਹਨਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਜ਼ਿੰਮੇਵਾਰੀ ਕਬੂਲ ਕੇ ਤੁਰੰਤ ਕਮ ਸੇ ਕਮ ਗ੍ਰਹਿ ਵਿਚਾਰ ਤਾਂ ਆਪਣੇ ਕਿਸੇ ਸਬਾਰਡੀਨੇਟ MLA ਮੰਤਰੀ ਨੂੰ ਦੇ ਦੇਣ, ਤਾਂ ਜੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਮੇਨਟੇਨ ਹੋ ਸਕੇ। ਇੱਕ ਨਵਜੋਤ ਸਿੱਧੂ ਜਿੱਦਾਂ ਹੁਣ ਦੁਬਾਰਾ ਉੱਥੇ ਅੰਮ੍ਰਿਤਸਰ ਜਾ ਕੇ ਐਕਟਿਵ ਹੋ ਗਏ ਆ, ਵਰਕਰਾਂ ਨਾਲ ਮੀਟਿੰਗ ਕਰ ਰਹੇ ਆ, ਕੀ ਹੁਣ ਵੀ ਹੈਗਾ ਉਹਨਾਂ ਵੇਲੇ ਮੂੰਹ ਨੂੰ ਬੱਕਲੀਆਂ ਹੁਣ ਉਹ ਮੰਤਰੀ ਪਦ ਤੋਂ ਰਿਜ਼ਾਈਨ ਕਰਤਾ, ਉਹ ਪਾਰਟੀ ਜਿਨ੍ਹਾਂ ਨੇ ਪਾਣੀ ਪੀ ਪੀ ਕੇ ਜਲੀਲ ਕੀਤਾ ਹੋਵੇ, ਬੰਦੇ ਪਾਣੀ ਪੀ ਪੀ ਕੇ ਬੇਇੱਜ਼ਤੀ ਕੀਤੀ ਹੋਵੇ, ਔਰ ਬੇਇੱਜ਼ਤੀ ਅਤੇ ਜਲਾਲਤ ਉਹ ਲੀਡਰ ਸਹਿੰਦਾ ਜਿਹਦੇ ਵਾਸਤੇ ਉਹਦਾ ਕੁਰਸੀ ਕੋਈ ਧੰਦਾ ਬਣਦੀ ਹੈ। ਸਿੱਧੂ ਵਾਸਤੇ ਦਾ ਧੰਦਾ ਹੈ ਨਹੀਂ, ਜਜਬੇਰ ਉਸੇ ਤਨਖਾਹ 'ਤੇ ਚਲੇਗੇ ਵਾਪਸ। ਪਤਾ ਨਹੀਂ ਵੀ ਉਹਨਾਂ ਦੀ ਸਮਝ, ਉਹਨਾਂ ਦੀ ਸੋਚ, ਉਹਨਾਂ ਨੂੰ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਕਿਹੜੀਆਂ ਸਲਾਹਾਂ ਦਿੱਤੀਆਂ ਉਹ ਵੀ ਦੱਸ ਸਕਦੇ। ਸਾਡਾ ਨਾ ਦੇਖੋ ਪੰਜਾਬ ਡੈਮੋਕਰੇਟਿਕ ਅਲਾਇੰਸ ਜਿੱਤ ਨਹੀਂ ਸਕੇ, ਪਰ ਅਸੀਂ ਪ੍ਰਾਪਤੀ ਜ਼ਰੂਰ ਕੀਤੀ। ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ 2019 ਲੋਕ ਸਭਾ ਇਲੈਕਸ਼ਨ ਲੜੀ, ਪਾਰਲੀਮੈਂਟ ਇਲੈਕਸ਼ਨ ਲੜੀ, ਅਸੀਂ ਜਿੱਤ ਨਹੀਂ ਸਕੇ ਪਰ ਪ੍ਰਾਪਤੀ ਜ਼ਰੂਰ ਆ। ਮੇਰੇ ਵਰਗੇ ਬੰਦੇ ਨੂੰ 3,07,000 ਵੋਟਾਂ, ਮੋਦੀ ਦੀ ਸੁਨਾਮੀ ਦਾ ਕੇਂਦਰ ਬਿੰਦੂ ਲੁਧਿਆਣਾ ਅਤੇ ਸੁਨਾਮੀ ਵਾਲੀ ਪਾਰਟੀ ਦਾ ਕੈਂਡੀਡੇਟ 3 ਨੰਬਰ 'ਤੇ, ਸਾਡੀ ਪ੍ਰਾਪਤੀ ਆ। ਅਸੀਂ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਵਿੱਚ ਇਕੱਠੇ ਹੈਗੇ ਹਾਂ, ਚਾਹੇ ਉਹ ਗਾਂਧੀ ਸਾਹਿਬ ਦੀ ਪਾਰਟੀ ਆ, ਚਾਹੇ ਉਹ ਬਸਪਾ ਹੈਗੀ ਆ, ਕਾਮਰੇਡ ਸਾਥੀ ਆ, ਜਾਂ ਖਹਿਰਾ ਸਾਹਿਬ ਦੀ ਪਾਰਟੀ। ਥੈਂਕ ਯੂ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।